ਭਗਤੀ ਕਰਨੀ ਚਾਹੀਦੀ ਉਸ ਈਸ਼ਵਰ ਦੀ ਉਸ ਪਰਮਾਤਮਾ ਦੀ ਕਿਉਂਕਿ ਜਿਹੜਾ ਪਰਮਾਤਮਾ ਹੁੰਦਾ ਨਾ ਉਹ ਪਰੋਚ ਤੋਂ ਉੱਪਰ ਹੁੰਦਾ ਉਹਨੂੰ ਕੋਸ਼ਨ ਨਹੀਂ ਤੁਸੀਂ ਕਰ ਸਕਦੇ ਇਹ ਜਿਹੜੇ ਪੋਲੀਟੀਸ਼ੀਅਨ ਨੇ ਜਿਹੜੇ 5 ਸਾਲ ਬਾਅਦ ਸਾਡੀਆਂ ਮਿੰਤਾ ਕਰਕੇ ਸਾਡੇ ਤੋਂ ਵੋਟਾਂ ਦੀ ਭੀਖ ਮੰਗੇ ਆਉਂਦੇ ਇਹਨਾਂ ਦੀ ਭਗਤੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਕੋਸ਼ਨ ਕਰਨਾ ਚਾਹੀਦਾ ਇਹ ਬਕਾਇਦਾ ਤਨਖਾਹ ਲੈਂਦੇ ਨੇ ਸਾਡੇ ਕੋਲੋਂ ਬੀਜਪੀ ਦੇ ਬਹੁਤੇ ਭਗਤਾਂ ਦੀ ਤਾਂ ਇਸ ਵੇਲੇ ਇਹ ਹਾਲਤ ਹੋ ਚੁੱਕੀ ਹੈ ਜਿੱਦਾਂ ਕਿ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਜਿੱਦਾਂ ਕਈ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ ਤੇ ਉਹ ਵਿਚਾਰੇ ਨੂੰ ਪ੍ਰੋਬਲਮ ਤਾਂ ਹੈਗੀ ਹੈ ਪਰ ਉਹ ਦੱਸਣਾ ਚਾਹੁੰਦਾ ਵੀ ਹੈ ਪਰ ਉਹ ਸ਼ਰਮ ਦੇ ਮਾਰੇ ਦੱਸ ਵੀ ਨਹੀਂ ਸਕਦਾ ਹਾਲਤ ਇਸ ਵੇਲੇ ਬੀਜਪੀ ਦੇ ਵਰਕਰਾਂ ਦੀ ਇਹੀ ਹੋਈ ਪਈ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਫਿਰ ਉਹਨਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜੀ ਕਿ ਜੋ 200 ਰੁਪਏ ਦਾ ਤੁਸੀਂ ਉਦੋਂ ਲੈਣਾ ਤੇ ਆ ਹੁਣ ਜਿਹੜੇ ਵਿਚਾਰੇ ਗਰੀਬ ਹੈਗੇ ਨੇ ਜਿਹੜੇ ਸੜਕ ਤੇ ਅੱਜਕੱਲ ਭੁੱਖੇ ਸੌਂਦੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਹੁਣ ਤਾਂ ਜੇ ਰੇਟ ਫਿਰ ਘਟੀਏ 200 ਤੋਂ ਤੇ ਹੁਣ ਖਰੀਦ ਕੇ ਕਿਉਂ ਨਹੀਂ ਦੇ ਦਿੰਦੇ ਪਾਜੀ ਤੁਹਾਨੂੰ ਲੱਗਦਾ ਕਿ ਜਿਹੜਾ ਅਜਾ ਆਪਰੇਸ਼ਨ ਕੀਤਾ ਆਪਰੇਸ਼ਨ ਤੋਂ ਬਾਅਦ ਇਹਨਾਂ ਦੀ ਨਿਗਾਹ ਮਾਰੀ ਮੋਟੀ ਹੋ ਜੂ ਠੀਕ ਨਿਗਾਹ ਤਾਂ ਜੀ ਉਹ ਕਿਸਾਨਾਂ ਨਹੀਂ ਕਰਦੀ ਹੋਈ ਹੈ ਸਾਡੇ ਮੋਦੀ ਜੀ ਦੇ ਅੰਧ ਭਗਤ ਨੇ ਉਹਨਾਂ ਨੂੰ ਉਹਨਾਂ ਦੀ ਹਾਲਤ ਇਸ ਵੇਲੇ ਹੋ ਚੁੱਕੀ ਹੈ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ ਜੋ ਉਹਨਾਂ ਨੂੰ ਸਰਕਾਰ ਕਹਿੰਦੀ ਹੈ ਜਿਉਂ ਉਹਨਾਂ ਦਾ ਜਿਹੜਾ ਬੀਜੇਪੀ ਆਈਟੀ ਸੈੱਲ ਕਹਿੰਦਾ ਹੈ ਹਰ ਸਿਰਫ ਉਸੇ ਗੱਲ ਦਾ ਪ੍ਰਚਾਰ ਕਰਦੇ ਨੇ ਸਾਰਾ ਦਿਨ ਝੂਠ ਬੋਲਦੇ ਨੇ ਇਹਨਾਂ ਨੂੰ ਅੱਜ ਕੱਲ ਪੰਜਾਬ ਵਾਲੇ ਵੀ ਖਾਲਸਤਾਨੀ ਨਜ਼ਰ ਆਣ ਲੱਗੇ ਜਦੋਂ ਅਸੀਂ ਬਾਰਡਰ ਤੇ ਖੜ ਕੇ ਪਾਕਿਸਤਾਨ ਨਾਲ ਜੰਗ ਲੜਦੇ ਆਂ ਜਾਂ ਚਾਈਨਾ ਦੇ ਖਿਲਾਫ ਲੜਦੇ ਹੋਏ ਸਾਡੇ ਪੰਜਾਬ ਦੇ ਲੋਕ ਸ਼ਹੀਦੀਆਂ ਦਿੰਦੇ ਨੇ ਉਦੋਂ ਤਾਂ ਪੰਜਾਬੀ ਬੜੇ ਵਧੀਆ ਹੁੰਦੇ ਨੇ ਜੇ ਆਪਦੇ ਹੱਕਾਂ ਲਈ ਲੜਨ ਲੱਗ ਗਏ ਅੱਜ ਪ੍ਰੋਟੈਸਟ ਕਰਨ ਲੱਗ ਗਏ ਤੇ ਇੱਕ ਗੱਲ ਦੱਸੋ ਕਿ ਅੱਗੇ ਅੱਗੇ ਜਿਹੜੇ ਭਗਤ ਹੁੰਦੇ ਸੀਗੇ ਉਹ ਗੁਰੂਆਂ ਪੀਰਾਂ ਦੇ ਹੁੰਦੇ ਸੀ ਪਰ ਤੁਸੀਂ ਭਗਤ ਲਿਖਿਆ ਅੰਧ ਭਗਤ ਇਹ ਭਗਤ ਕਿੰਨਾ ਦੇ ਮੰਨਦੇ ਹੋ ਤੇ ਇਹ ਇਹ ਤੁਸੀਂ ਕੀ ਮੰਨਦੇ ਹੋ ਕਿ ਭਾਜਪਾ ਜਿਹੜੀ ਆ ਉਸ ਪਾਰਟੀ ਦੇ ਸਾਰੇ ਵਰਕਰ ਨੇ ਜਿਹੜੇ ਉਹ ਸਾਰੇ ਅੰਧ ਭਗਤ ਨੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੂਦੇ ਮੈਂ ਤਰਲੋਚਨ ਸਿੰਘ ਗਿੱਲ ਕਹਿੰਦੇ ਨੇ ਕਿਸੇ ਕੋਈ ਲੀਡਰ ਭੇਡਾਂ ਨੂੰ ਭਾਸ਼ਣ ਦੇ ਰਿਹਾ ਸੀ ਕਿ ਇਸ ਸਰਦੀਆਂ ਦੇ ਵਿੱਚ ਤੁਹਾਨੂੰ ਕੰਬਲ ਵੰਡੇ ਜਾਣਗੇ ਭੇਡਾਂ ਬੜੀਆਂ ਖੁਸ਼ ਹੋ ਕੇ ਜਕਾਰੇ ਲਾ ਰਹੀਆਂ ਸੀ ਉਸ ਲੀਡਰ ਦੇ ਪਰ ਉਹਨਾਂ ਭੇਡਾਂ ਦੇ ਵਿੱਚ ਇੱਕ ਸਿਆਣੀ ਭੇਡ ਸੀ ਜੀਨੇ ਦੱਸਿਆ ਕਿ ਕੰਬਲ ਤਾਂ ਆਪਾਂ ਨੂੰ ਦੇ ਦੇਣਗੇ ਪਰ ਉਹਨ ਆਪਣੀ ਹੀ ਮੰਨਣਗੇ ਉਸੇ ਤਰ੍ਹਾਂ ਦੀਆਂ ਭੇਡਾਂ ਸਾਡੇ ਦੇਸ਼ ਦੇ ਵਿੱਚ ਅੱਜਕੱਲ ਬਹੁਤ ਐਕਟਿਵ ਹੋਈਆਂ ਹੋਈਆਂ ਨੇ ਕਿਸਾਨੀ ਅੰਦੋਲਨ ਤੁਹਾਨੂੰ ਪਤਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਬੜੇ ਹੀ ਉੱਥੇ ਤੱਕੇ ਵੀ ਹੋਏ ਨੇ ਬੜੀਆਂ ਹੋਈਆਂ ਕਿ ਮੌਤਾਂ ਵੀ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਰੋ ਵੀ ਸੀ ਰੋਸ ਵੀ ਸੀ ਪੰਜਾਬੀ ਉਹ ਕੌਮ ਆ ਜਿਹੜੀ ਕਾਫੀ ਲੰਬੇ ਸਮੇਂ ਤੋਂ ਸ਼ਾਂਤ ਨਹੀਂ ਰਹਿ ਸਕਦੇ ਪਰ ਉਹ ਫੇਰ ਵੀ ਇੱਕ ਸਬਰ ਤੇ ਸੰਤੋਖ ਦੇ ਨਾਲ ਉੱਥੇ ਤਕਰੀਬਨ 70-75 ਦਿਨਾਂ ਤੋਂ ਬੈਠੇ ਸੀ ਉਹਦਾ ਸਿੱਟਾ ਕੀ ਨਿਕਲਿਆ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ 26 ਤਰੀਕ ਦੀ ਕਾਲ ਦਿੱਤੀ ਕਿ ਪ੍ਰੇਡ ਕਰਨੀ ਆ ਤਾਂ ਲੋਕਾਂ ਦਾ ਜਿਹੜਾ ਰੋਸ ਸੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਨੇ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਘਰੇ ਨਹੀਂ ਪਹੁੰਚੇ ਬਹੁਤ ਸਾਰੇ ਬੱਚਿਆਂ ਦੇ ਮਾਪੇ ਨਹੀਂ ਪਹੁੰਚੇ ਉਸੇ ਤਰ੍ਹਾਂ ਦੇ ਉਸ ਰੋਸ ਨੂੰ ਲੈ ਕੇ ਲੋਕਾਂ ਨੇ ਉੱਥੇ ਜਦੋਂ ਲਾਲ ਕਿਲੇ ਵੱਲ ਨੂੰ ਮਾਰਚ ਜਿਹੜਾ ਸੀਗਾ ਉਹ ਲਾਲ ਕਿਲੇ ਵੱਲ ਨੂੰ ਤੋਰ ਦਿੱਤਾ ਉੱਥੇ ਘਟਨਾ ਸਾਰੀ ਆ ਜਿਹੜੀ ਤੁਸੀਂ ਦੇਖੀ ਆ ਬੜਾ ਹੀ ਰੋਸ ਜਾਗਿਆ ਕਿ ਉੱਥੇ ਤਿਰੰਗੇ ਦੀ ਅਪਮਾਨ ਹੋ ਗਿਆ ਜਿਹੜੇ ਲੋਕ ਬੀਜੇਪੀ ਦੇ ਨਾਲ ਸੰਬੰਧਿਤ ਨੇ ਜਾਂ ਕਹਿ ਸਕਦੇ ਆ ਕਿ ਕਿਸੇ ਵੀ ਅੰਨੇ ਭਗਤ ਨੇ ਕਿਸੇ ਵੀ ਲੀਡਰ ਦੇ ਜਾਂ ਕਿਸੇ ਪਾਰਟੀ ਦੇ ਹੋ ਸਕਦੇ ਆ ਪਹਿਲਾਂ ਸਮਿਆਂ ਦੇ ਵਿੱਚ ਭਗਤ ਹੁੰਦੇ ਸੀਗੇ ਗੁਰੂਆਂ ਪੀਰਾਂ ਦੇ ਪਰ ਅੱਜ ਕੱਲ ਜਿਹੜੇ ਭਗਤ ਨੇ ਉਹ ਲੀਡਰਾਂ ਦੇ ਉਹ ਮੰਤਰੀਆਂ ਦੇ ਉਹ ਐਕਟਰਾਂ ਦੇ ਉਹ ਸਿੰਗਰਾਂ ਦੇ ਹੋਏ ਹੋਏ ਨੇ ਜੇ ਤੁਸੀਂ ਉਹਨਾਂ ਨੂੰ ਕੁਝ ਕਹਿ ਦਿਓ ਆ ਉਹ ਭਗਤ ਨੇ ਜਿਹੜੇ ਉਹ 2 ਮਿੰਟ ਦੇ ਵਿੱਚ ਐਕਟਿਵ ਹੋ ਕੇ ਤੁਹਾਡੇ ਨਾਲ ਗਾਲੀ ਗਲੋਚ ਤੁਹਾਨੂੰ ਪਾਕਿਸਤਾਨੀ ਤੁਹਾਨੂੰ ਚਾਈਨਾ ਵਾਲੇ ਕਹਿਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਦੇ ਹੀ ਅੰਧ ਭਗਤਾਂ ਦਾ ਅੱਖਾਂ ਦਾ ਆਪਰੇਸ਼ਨ ਅੱਜ ਇੱਥੇ ਕੀਤਾ ਜਾ ਰਿਹਾ ਗੁਰਕਾਰਨ ਸਿੰਘ ਜੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਾਫੀ ਜਿਹੜੇ ਅੰਧ ਭਗਤ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੇ ਇਹ ਅੱਜ ਜਿਹੜਾ ਪ੍ਰੋਟੈਸਟ ਕੀਤਾ ਸਿੰਬੋਲਿਕ ਪ੍ਰੋਟੈਸਟ ਆ ਉਹਨਾਂ ਦਾ ਕੀ ਰੀਜ਼ਨ ਸੀ ਤੇ ਉਹਨਾਂ ਦਾ ਕੀ ਮਕਸਦ ਆ ਇਸ ਪਿੱਛੇ ਆਓ ਉਹਨਾਂ ਨਾਲ ਗੱਲ ਕਰਦੇ ਆ ਸੋ ਆਓ ਉਹਨਾਂ ਨਾਲ ਗੱਲ ਕਰਦੇ ਆ ਕਿ ਇਸ ਸਾਰੇ ਘਟਨਾਕਰਮ ਦਾ ਕੀ ਮਕਸਦ ਆ ਜਿਹੜੇ ਇੱਕ ਪੋਸਟਰ ਲੱਗਿਆ ਆ ਅੰਧ ਭਗਤ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਜਾ ਰਿਹਾ ਕੀ ਇਹਨਾਂ ਦਾ ਇਸ ਪਿੱਛੇ ਮਕਸਦ ਆ ਜਾਂ ਕੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਏ ਅੱਜ ਜਿਹੜਾ ਤੁਸੀਂ ਸਾਰਾ ਕਰ ਰਹੇ ਹੋ ਇਹਦਾ ਮਕਸਦ ਕੀ ਆ ਇਹਦਾ ਮਕਸਦ ਇਹ ਹੈ ਜੀ ਕਿ ਜਿਹੜੇ ਆਪਣੇ ਸਰਕਾਰ ਦੇ ਅੰਧਪਗਤ ਨੇ ਸਾਡੇ ਮੋਦੀ ਜੀ ਦੇ ਅੰਧਪਗਤ ਨੇ ਉਹਨਾਂ ਨੂੰ ਉਹਨਾਂ ਦੀ ਹਾਲਤ ਇਸ ਵੇਲੇ ਹੋ ਚੁੱਕੀ ਆ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ ਜੋ ਉਹਨਾਂ ਨੂੰ ਸਰਕਾਰ ਕਹਿੰਦੀ ਆ ਜਿਉਂ ਉਹਨਾਂ ਦਾ ਜਿਹੜਾ ਬੀਜੇਪੀ ਆਈਟੀ ਸੈੱਲ ਕਹਿੰਦਾ ਹਰ ਸਿਰਫ ਉਸੇ ਗੱਲ ਦਾ ਪ੍ਰਚਾਰ ਕਰਦੇ ਨੇ ਸਾਰਾ ਦਿਨ ਝੂਠ ਬੋਲਦੇ ਨੇ ਇਹਨਾਂ ਨੂੰ ਅੱਜ ਕੱਲ ਪੰਜਾਬ ਵਾਲੇ ਵੀ ਖਾਲਸਤਾਨੀ ਨਜ਼ਰ ਆਣ ਲੱਗ ਗਏ ਜਦੋਂ ਅਸੀਂ ਬਾਰਡਰ ਤੇ ਖੜ੍ਹ ਕੇ ਪਾਕਿਸਤਾਨ ਨਾਲ ਜੰਗ ਲੜਦੇ ਆ ਜਾਂ ਚਾਈਨਾ ਦੇ ਖਿਲਾਫ ਲੜਦੇ ਹੋਏ ਸਾਡੇ ਪੰਜਾਬ ਦੇ ਲੋਕ ਸ਼ਹੀਦੀਆਂ ਦਿੰਦੇ ਨੇ ਉਦੋਂ ਦਾ ਪੰਜਾਬੀ ਬੜੇ ਵਧੀਆ ਹੁੰਦੇ ਨੇ ਜੇ ਆਪਦੇ ਹੱਕਾਂ ਲਈ ਲੜਨ ਲੱਗ ਗਏ ਅੱਜ ਪ੍ਰੋਟੈਸਟ ਕਰਨ ਲੱਗ ਗਏ ਜੇ ਕਿ ਜਿਹੜੇ ਉਹਨਾਂ ਦੀ ਰੋਜ਼ੀ ਰੋਟੀ ਹੈ ਖੇਤੀਬਾੜੀ ਤੋਂ ਤੇ ਜਿਹੜੇ ਕਾਲੇ ਖੇਤੀਬਾੜੀ ਵਾਲੇ ਕਾਨੂੰਨ ਨੇ ਵੀ ਉਹਨਾਂ ਨੂੰ ਵਾਪਸ ਲਿਆ ਜਾਏ ਤੇ ਅੱਜ ਉਹੀ ਸਾਡੇ ਪੰਜਾਬੀ ਖਾਲਸਤਾਨੀ ਹੋ ਗਏ ਪੰਜਾਬ ਵਾਲੇ ਤਾਂ ਛੱਡੋ ਇਹਨਾਂ ਨੂੰ ਅੱਜ ਹਰਿਆਣੇ ਵਾਲੇ ਵੀ ਖਾਲਸਤਾਨੀ ਨਜ਼ਰ ਆਣ ਲੱਗੇ ਇਹਨਾਂ ਨੂੰ ਯੂਪੀ ਵਾਲੇ ਵੀ ਉਹ ਕਹਿੰਦੇ ਇਹ ਤਿਰੰਗੇ ਦਾ ਅਪਮਾਨ ਕਰਤਾ ਜੀ ਦੇਖੋ ਜੀ ਇਹ ਸ਼ਰਿਆਮ ਝੂਠ ਬੋਲਦੇ ਨੇ ਸਾਰੀ ਦੁਨੀਆ ਨੇ ਵੇਖਿਆ ਕਿ ਜਿਹੜਾ ਸਾਡੇ ਦੇਸ਼ ਦਾ ਤਿਰੰਗਾ ਹੈ ਅਸੀਂ ਉਹਨੂੰ ਸਲੂਟ ਕਰਦੇ ਹਾਂ ਉਹ ਸਭ ਤੋਂ ਉੱਪਰ ਲੱਗਿਆ ਹੋਇਆ ਸੀ ਜਿਹੜਾ ਇਹਨਾਂ ਨੇ ਨਿਸ਼ਾਨਖਾਬ ਲਗਾਇਆ ਉਹ ਤਿਰੰਗੇ ਤੋਂ ਥੱਲੇ ਲਾਇਆ ਸੀ ਲਾਇਆ ਵੀ ਉੱਥੇ ਜਿਹੜਾ ਪੋਲ ਸੀਗਾ ਫਲੈਗ ਪੋਲ ਉਹ ਖਾਲੀ ਸੀ ਤੇ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਦੇਸ਼ ਦੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਜਾਂਦੀਆਂ ਇਹ ਪੰਜਾਬ ਵਾਲਿਆਂ ਦੇ ਜਿਹੜੇ ਇੱਥੇ ਜੱਗੇ ਪ੍ਰੋਟੈਸਟ ਕਰਦੇ ਉਹਨਾਂ ਦੇ ਮੁੰਡੇ ਹੀ ਹੁੰਦੇ ਨੇ ਉਹਨਾਂ ਦੇ ਬੱਚੇ ਹੀ ਨੇ ਪੰਜਾਬ ਹਰਿਆਣੇ ਵਾਲਿਆਂ ਦੇ ਜਿਹੜੇ ਉੱਤੇ ਫੌਜ ਵਿੱਚ ਖੜੇ ਨੇ ਜਿਹੜੇ ਫੌਜ ਦੇ ਵਿੱਚ ਖੜੇ ਹੋ ਕੇ ਬਾਰਡਰ ਤੇ ਖੜੇ ਹੋ ਕੇ ਚੀਨ ਤੇ ਪਾਕਿਸਤਾਨ ਦੇ ਨਾਲ ਜੰਗ ਲੜਦੇ ਨੇ ਤੇ ਉਹ ਤਿਰੰਗੇ ਦਾ ਮਾਨ ਕਿੱਦਾਂ ਕਰ ਸਕਦੇ ਏ ਜਿਨ੍ਹਾਂ ਦੀਆਂ ਡੈੱਡ ਬੋਡੀ ਸਾਡੇ ਬੱਚਿਆਂ ਦੀਆਂ ਤਿਰੰਗੇ ਦੇ ਵਿੱਚ ਲਪਟਕੇ ਆਉਂਦੀਆਂ ਪਰ ਮੈਨੂੰ ਇੱਥੇ ਇੱਕ ਗੱਲ ਦੱਸੋ ਕਿ ਅੱਗੇ ਅੱਗੇ ਜਿਹੜੇ ਭਗਤ ਹੁੰਦੇ ਸੀਗੇ ਉਹ ਗੁਰੂਆਂ ਪੀਰਾਂ ਦੇ ਹੁੰਦੇ ਸੀ ਪਰ ਤੁਸੀਂ ਭਗਤ ਲਿਖਿਆ ਅੰਧ ਭਗਤ ਇਹ ਭਗਤ ਕਿੰਨਾ ਦੇ ਮੰਨਦੇ ਹੋ ਤੇ ਇਹ ਇਹ ਤੁਸੀਂ ਕੀ ਮੰਨਦੇ ਹੋ ਕਿ ਬੀਜੇਪੀ ਜਿਹੜੀ ਆ ਉਸ ਪਾਰਟੀ ਦੇ ਸਾਰੇ ਵਰਕਰ ਨੇ ਜਿਹੜੇ ਸਾਰੇ ਅੰਧਪਗਤ ਨੇ ਦੇਖੋ ਜੀ ਜਿਹੜੇ ਭਗਤੀ ਹੈ ਨਾ ਭਗਤੀ ਕਰਨੀ ਚਾਹੀਦੀ ਹੈ ਉਸ ਈਸ਼ਵਰ ਦੀ ਉਸ ਪਰਮਾਤਮਾ ਦੀ ਕਿਉਂਕਿ ਜਿਹੜਾ ਪਰਮਾਤਮਾ ਹੁੰਦਾ ਨਾ ਅਪਰੋਚ ਤੋਂ ਉੱਪਰ ਹੁੰਦਾ ਉਹਨੂੰ ਕੋਸ਼ਨ ਨਹੀਂ ਤੁਸੀਂ ਕਰ ਸਕਦੇ ਇਹ ਜਿਹੜੇ ਪੋਲੀਟੀਸ਼ੀਅਨ ਨੇ ਜਿਹੜੇ 5 ਸਾਲ ਬਾਅਦ ਸਾਡੀਆਂ ਮਿੰਤਾ ਕਰਕੇ ਸਾਡੇ ਤੋਂ ਵੋਟਾਂ ਦੀ ਭੀਖ ਮੰਗ ਕੇ ਆਉਂਦੇ ਇਹਨਾਂ ਦੀ ਭਗਤੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਕੋਸ਼ਨ ਕਰਨਾ ਚਾਹੀਦਾ ਹੈ ਇਹ ਬਕਾਇਦਾ ਤਨਖਾਹ ਲੈਂਦੇ ਨੇ ਸਾਡੇ ਕੋਲੋਂ ਜਿਹੜੀ ਇਹ ਤਨਖਾਹ ਮਿਲਦੀ ਆ ਨਾ ਇਹਨਾਂ ਨੂੰ ਉਹ ਅਸੀਂ ਲੋਕ ਆਪਣੇ ਟੈਕਸਾਂ ਤੋਂ ਦਿੰਨੇ ਆ ਸਾਰੇ ਵਰਕਰ ਬੀਜੇਪੀ ਦੇ ਮੰਨਦੇ ਹੋ ਕੇ ਅੰਧਪਗਤ ਨੇ ਦੇਖੋ ਜੀ ਸਾਰੇ ਵਰਕਰਾਂ ਬਾਰੇ ਤਾਂ ਮੈਂ ਬੀਜੇਪੀ ਦੇ ਕੀ ਕਹਾਂ ਬੀਜੇਪੀ ਦੇ ਬਹੁਤੇ ਭਗਤਾਂ ਦੀ ਤਾਂ ਇਸ ਵळे ਇਹ ਹਾਲਤ ਹੋ ਚੁੱਕੀ ਹੈ ਜਿੱਦਾਂ ਕਿ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਜਿੱਦਾਂ ਕਈ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ ਤੇ ਉਹ ਵਿਚਾਰੇ ਨੂੰ ਪ੍ਰੋਬਲਮ ਤਾਂ ਹੈਗੀ ਹੈ ਪਰ ਉਹ ਦੱਸਣਾ ਚਾਹੁੰਦਾ ਵੀ ਹੈ ਪਰ ਉਹ ਸ਼ਰਮ ਦੇ ਮਾਰੇ ਦੱਸ ਵੀ ਨਹੀਂ ਸਕਦਾ ਹਾਲਤ ਇਸ ਵळे ਬੀਜੇਪੀ ਦੇ ਵਰਕਰਾਂ ਦੀ ਇਹੀ ਹੋਈ ਪਈ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਉਹਨਾਂ ਨੂੰ ਪਤਾ ਹੈ ਕਿ ਜੇ ਇੱਕ ਜੇ ਖ ਬਗੂ ਹੋ ਗਏ ਤੇ ਇੱਕ ਦਿਨ ਜਿਹੜਾ ਆਟਾ ਹੈ ਨਾ ਇਹ ਇਹਨਾਂ ਨੂੰ 100 ਰੁਪਏ ਕਿਲੋ ਲੈਣਾ ਪਏਗਾ ਲੇਕਿਨ ਫੇਰ ਵੀ ਜੋ ਝੂਠ ਹੈ ਜੋ ਕਿਉਂਕਿ ਇਹਨਾਂ ਨੂੰ ਜਿਹੜੇ ਪੈਸੇ ਮਿਲਦੇ ਨੇ ਉਹ 2 ਰੁਪਏ ਪਰ ਟਵੀਟ ਦੇ ਹਿਸਾਬ ਨਾਲ ਮਿਲਦੇ ਨੇ ਇਸ ਕਰਕੇ ਝੂਠ ਇਹ ਕੂੜ ਪ੍ਰਚਾਰ ਕਰੀ ਜਾਂਦੇ ਨੇ ਝੂਠ ਬੋਲੀ ਜਾ ਰਹੇ ਨੇ ਦੇਸ਼ ਵਿੱਚ ਨਫਰਤ ਫਲਾ ਰਹੇ ਨੇ ਬਹੁਤ ਸਾਰੇ ਸ਼ਿਵਸੈਨ ਵਾਲੇ ਕਹਿੰਦੇ ਜੀ ਕੋਈ ਗੱਲ ਨਹੀਂ 200 ਰੁਪਏ ਕਿਲੋ ਆਟਾ ਉਹ ਜੂ ਲੈ ਲਾਂਗੇ ਫਿਰ ਕਿਉਂਗਾ ਅਸੀਂ ਸਾਡੇ ਬਿਜ਼ਨਸ ਦਾ ਨੁਕਸਾਨ ਕਰ ਰਿਹਾ ਕਿਸਾਨ ਫਿਰ ਉਹਨਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜੀ ਕਿ ਜੇ 200 ਰੁਪਏ ਦਾ ਤੁਸੀਂ ਉਦੋਂ ਲੈਣਾ ਤੇ ਆ ਹੁਣ ਜਿਹੜੇ ਵਿਚਾਰੇ ਗਰੀਬ ਹੈਗੇ ਨੇ ਜਿਹੜੇ ਸੜਕ ਤੇ ਅੱਜ ਕੱਲ ਭੁੱਖੇ ਸੌਂਦੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਹੁਣ ਤਾਂ ਜੇ ਰੇਟ ਫਿਰ ਘਟੀਏ 200 ਤੋਂ ਤੇ ਹੁਣ ਖਰੀਦ ਕੇ ਕਿਉਂ ਨਹੀਂ ਦੇ ਦਿੰਦੇ ਇਹਨਾਂ ਵਿਚਾਰਿਆਂ ਦਾ ਤਾਂ ਪੇਟ ਭਰ ਜਾਵੇ ਇਹ ਵੀ ਤੁਹਾਡੀ ਜਾਇਜਾ ਕਰ ਕਰਕੇ ਸੌਣ ਤੁਹਾਨੂੰ ਲੱਗਦਾ ਕਿ ਆ ਪਾਜੀ ਤੁਹਾਨੂੰ ਲੱਗਦਾ ਕਿ ਜਿਹੜਾ ਅਜਾ ਆਪਰੇਸ਼ਨ ਨਿਗਾਹ ਤਾਂ ਜੀ ਉਹ ਕਿਸਾਨਾਂ ਨਹੀਂ ਕਰਦੀ ਹੋਈ ਐ ਅਸੀਂ ਤਾਂ ਇੱਕ ਕੀਤਾ ਵਾ ਦੇਖਿਆ ਵਾ ਕਿ ਹੈ ਕੀ ਅੱਖ ਦੇ ਪਿੱਛੇ ਕੀ ਨਿਗਾਹ ਤਾਂ ਕਿਸਾਨਾਂ ਨੇ ਖੋਲਦੀ ਲੱਭਿਆ ਇਹੀ ਹੈ ਜੀ ਕਿ ਇਹਨਾਂ ਦੇ ਮੋਦੀ ਦਾ ਝੰਡਾ ਲੱਗਿਆ ਜੀ ਵੀ ਅੱਖਾਂ ਪਿੱਛੇ ਕਿ ਜਿਹਨਾਂ ਨੂੰ ਜੋ ਵੀ ਜੋ ਕਿਸਾਨ ਬੋਲਦੇ ਜੇ ਆਮ ਬੰਦਾ ਬੋਲਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਸਿਰਫ ਉਹ ਆਪਣੇ ਪੀਐਮ ਦੀ ਸੁਣਦੇ ਨੇ ਬਸ ਇਹੀ ਕਲੀਅਰ ਹੋਇਆ ਕਿ ਉਹਨਾਂ ਨੂੰ ਭਾਵੇਂ ਤੁਸੀਂ ਕਹਿ ਦੋ ਕਿ ਉਹ ਕੁੱਤਾ ਤੇ ਉਹ ਕਹਿਣਗੇ ਵਾਕਈ ਕੁੱਤਾ ਮੋਦੀ ਹਾਂ ਇਹ ਚੀਜ਼ ਹੈ ਜੀ ਸੋ ਇਸ ਕਰਕੇ ਬਹੁਤ ਹੈਗਾ ਅਸੀਂ ਦੇਖ ਚੁੱਕੇ ਹਾਂ ਕੋਈ ਫਰਕ ਨਹੀਂਗਾ ਸਿਰਫ ਉਹ ਝੰਡਾ ਲੱਗਾ ਜੀ ਬੀਜੇਪੀ ਦਾ ਪਿੱਛੇ ਕੋਈ ਇਲਾਜ ਆਉਣ ਵਾਲੇ ਸਮੇਂ ਚ ਨਿਕਲਿਆ ਹੋਏ ਇਸ ਚੀਜ਼ ਦਾ ਕਿ ਨਹੀਂ ਨਿਕਲੂਗਾ ਜੀ ਕਿਸਾਨ ਕੱਢ ਰਹੇ ਨੇ ਤੁਸੀਂ ਕੁਝ ਟਾਈਮ ਦੇਖ ਲਓ ਇਲਾਜ ਨਿਕਲਦਾ ਪਿਆ ਤੁਹਾਡਾ ਰਿਜ਼ਲਟ ਆਈ ਗਿਆ ਜਿਹੜਾ ਉਹਨਾਂ ਕਿਲ ਲਾਤੇ ਨੇ ਉਹ ਰਿਜ਼ਲਟ ਹੀ ਹੈ ਉਹ ਜਿੱਤ ਦਾ ਨਿਸ਼ਾਨੀ ਹੈ ਕਿ ਇੰਨਾ ਕ ਡਰ ਚੁੱਕੇ ਨੇ ਦਿੱਲੀ ਦੇ ਵਿੱਚ ਉਹ ਮਤਲਬ ਕਿ ਨੀਂਦ ਵੀ ਨਹੀਂ ਆ ਰਹੀ ਉਹਨਾਂ ਨੂੰ ਮੇਰੇ ਅਕੋਰਡਿੰਗ ਤਾ ਇਹ ਲੱਗ ਰਿਹਾ ਵਾ ਜੀ ਪਰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜੀ ਜਿਹੜੇ ਕਿਸਾਨ ਨੇ ਸਿਰਫ ਇੱਕ ਫੋਨ ਦੂਰ ਹੀ ਨੇ ਮੇਰੇ ਤੋਂ ਫੋਨ ਕਰ ਲੈਣ ਮੈਂ ਗੱਲ ਕਰ ਲਵਾਂ ਤੇ ਪ੍ਰਧਾਨ ਮੰਤਰੀ ਜੀ 1947 ਵਾਲੇ ਟਾਈਮ 'ਚ ਬੈਠੇਗੇ ਉਹਨਾਂ ਕੋਲ ਨੰਬਰ ਨਹੀਂ ਲੱਗ ਰਿਹਾ ਜਾਂ ਫੋਨ ਨਹੀਂ ਹੈਗਾ ਭਾਜੀ 1947 ਜਾਂ 60 ਦੇ ਵਿੱਚ ਫੋਨ ਨਹੀਂ ਹੁੰਦੀ ਅੱਜ ਕੱਲ ਤਾਂ ਬੱਚੇ-ਬੱਚੇ ਕੋ ਫੋਨ ਹੈ ਲਾਲਣ ਇੱਕ ਨੰਬਰ ਹੀ ਮਲਾ ਲੈਣਾ ਲਾਲਣ ਨੰਬਰ ਮਲਾ ਲੈਣ ਗਾ ਤੁਸੀਂ ਟੈਲੀਗ੍ਰਾਮ ਪਾਣਾ ਜਿਹੜਾ ਤੁਹਾਡੇ ਕੋ ਫੋਨ ਨਹੀਂ ਲੱਗ ਰਿਹਾ ਤੁਸੀਂ ਭਗਤਾਂ ਦੀ ਗੱਲ ਕਰਦੇ ਹੋ ਪਰ ਇੱਕ ਅੱਧਾ ਭਗਤ ਦਾ ਮੈਨੂੰ ਇਦਾਂ ਦਾ ਵੀ ਮਿਲਿਆ ਜਿਹੜਾ ਕਹਿੰਦਾ ਉੱਥੇ ਤਾਂ ਪਿਕਨਿਕ ਮਨਾ ਰਹੇ ਨੇ ਪਿਕਨਿਕ ਤਾਂ ਜ ਪਿਕਨਿਕ ਮਨਾ ਰਹੇ ਨੇ ਜਿਨ੍ਹਾਂ ਦੇ ਘਰ ਉਜੜ ਰਹੇ ਆ ਜਾਂ ਜਿਨ੍ਹਾਂ ਦੇ ਖੇਤ ਉਜੜ ਰਹੇ ਨੇ ਪਾਜੀ ਉਹ ਤਾਂ ਦੇਖੋ ਰੋਂਗੇ ਜੇ ਹੁਣ ਮੇਰੇ ਵਰਗਾ ਹੋਵਾ ਮੈਨੂੰ 2 ਲੱਖ ਰੁਪਏ ਮਹੀਨਾ ਹੋਗਾ ਮੈਂ ਤਾਂ ਪਿਕਨਿਕ ਹੀ ਮਨਾਉਂਗਾ ਨਾ ਮੈਂ ਤਾਂ ਖੁਸ਼ ਹੋਊਗਾ ਮੈਂ ਤਾਂ ਕਹੂੰਗਾ ਆ ਵੀ ਬੰਦਾ ਉਹ ਜੇ ਆ ਉਹ ਵੀ ਹੋ ਜਾਇਆ ਦਾ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਕਿਸਾਨ ਉੱਥੇ ਬੈਠੇ ਪਿਕਨਿਕ ਮਨਾ ਰਹੇ ਆ ਪਾਜੀ ਉਹ ਤਾਂ ਫਿਰ ਜਿੱਦਾਂ ਮੋਦੀ ਸਾਹਿਬ ਕਹਿ ਰਹੇ ਨੇ ਉਦਾਂ ਹੀ ਕਹਿ ਰਹੇ ਨੇ ਨਾ ਅੰਧ ਭਗਤ ਉਹਨਾਂ ਨੂੰ ਹੀ ਕਹਿੰਦੇ ਨੇ ਨਾ ਜੋ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਹਾਂ ਜੀ ਪਿਕਨਿਕ ਮਨਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਇੱਥੇ ਦੱਸਣਾ ਚਾਹੁੰਨਾ ਇਹਨਾਂ ਨੇ ਅੰਧ ਭਗਤੀ ਦੀ ਡੈਫੀਨੇਸ਼ਨ ਤੁਹਾਨੂੰ ਦੱਸਤੀ ਆ ਮੈਂ ਦੱਸਣਾ ਚਾਹੁੰਨਾ ਇਹ ਉਹ ਕੌਮ ਆ ਜਿੱਥੇ ਜਦੋਂ ਚਰਖੜੀਆਂ ਤੇ ਚੜੇ ਸੀ ਉਹ ਵੀ ਪਹਿਲਾਂ ਮੂਰੇ ਹੋ ਹੋ ਕੇ ਚੜਦੇ ਸੀ ਫਿਰ ਤੁਸੀਂ ਉਹਨੂੰ ਵੀ ਪਿਕਨਿਕ ਕਹੋਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 730 ਬੰਦਿਆਂ ਨੇ ਆਪਣਾ ਸੀਸ ਦੇਤਾ ਸੀ ਪਰ ਈਨ ਨਹੀਂ ਬੰਨੀ ਸੀ ਫਿਰ ਤੁਸੀਂ ਉਹਨੂੰ ਵੀ ਪਿਕਨਿਕ ਕਹੋਗੇ ਸੋ ਵਾਕੇ ਹੀ ਇਹ ਅੰਧ ਭਗਤੀ ਆ ਜਿਹੜੀ ਤੁਸੀਂ ਦੂਰ ਨਹੀਂ ਕਰ ਸਕਦੇ ਸੋ ਦੇਖਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਹਨਾਂ ਅੰਧ ਭਗਤਾਂ ਦੇ ਅੱਖਾਂ ਤੋਂ ਪੜਦਾ ਕਿੰਨੀ ਕ ਚਲਦੀ ਉਤਾਰ ਦਿਆ ਜਾਂ ਕਦੇ ਨਹੀਂ ਉਤਰੂਗਾ ਕੈਮਰਾਮੈਨ ਹੈਰੀ ਦੇ ਨਾਲ ਤਰਲੋਚਨ ਸਿੰਘ ਦੀ ਰਿਪੋਰਟ ਪ੍ਰਾਈਮ ODE ਲੁਧਿਆਣਾ